ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ ਦੇਈ। ਅਤੇ ਆਪਾਂ ਹੋ ਗਏ ਰੈਡੀ ਕੰਮ 'ਤੇ ਜਾਣ ਵਾਸਤੇ, ਅਤੇ ਚੱਲਦੇ ਹਾਂ ਹੁਣ ਆਪਾਂ ਬਲੌਗ ਕਰਦੇ ਹਾਂ ਸ਼ੁਰੂ। ਅਤੇ ਜੁੜੇ ਰਿਹੋ ਮੇਰੇ ਬਲੌਗ ਦੇ ਨਾਲ। ਬਸ ਬ੍ਰੇਕਫਾਸਟ ਕਰਨਾ ਹੁਣ, ਬ੍ਰੇਕਫਾਸਟ ਕਰਕੇ ਆ ਗਿਆ, ਲੱਸੀ ਆ ਗਈ, ਹੁਣ ਪ੍ਰਸ਼ਾਦਾ ਛੱਕ ਲਈਏ, ਪ੍ਰਸ਼ਾਦਾ ਛੱਕ ਕੇ ਚੱਲਦੇ ਹਾਂ। ਹਾਂਜੀ, ਆਪਾਂ ਹੁਣ ਪ੍ਰਸ਼ਾਦਾ ਪਾਣੀ ਛੱਕ ਲਿਆ, ਘਰ ਤੋਂ ਚੱਲ ਪਏ ਆਪਾਂ, ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਕੰਮ ਵੱਲ ਨੂੰ। ਅਤੇ ਅੱਗੇ ਦੇਖਦੇ ਹਾਂ ਬਾਬਾ ਜੀ ਦੀ ਕਿਰਪਾ, ਕਿੱਧਰ ਨੂੰ ਤੋਰਦੇ ਨੇ ਉਹ, ਕਿੱਧਰ ਨੂੰ ਮੂੰਹ ਹੁੰਦਾ ਆਪਣਾ, ਉੱਧਰ ਨੂੰ ਹੀ ਚੱਲ ਪੈਣਾ। ਹਮ ਮੇਰੇ ਮੇਰੇ ਨਗਰ ਦੇ ਦਰਸ਼ਨ ਕਰਾਉਣਾ ਵਾ ਤੁਹਾਨੂੰ। ਮੇਰਾ ਨਗਰ ਬਹੁਤ ਵਧੀਆ ਹੈ, ਬਹੁਤ ਵਧੀਆ ਘੈਂਟ ਨਗਰ ਹੈ ਮੇਰਾ। ਸਾਹੂ ਬੰਦੇ ਨੇ, ਸਾਹਮਣੇ ਸਰਪੰਚ ਹੈ ਜਿਹੜਾ, ਚੌਥੀ ਵਾਰੀ ਸਰਪੰਚ ਚੁਣਿਆ ਗਿਆ ਸਾਹਮਣੇ। ਅੱਛਾ, ਹੁਣ ਮਤਲਬ 2-3 ਦਿਨ ਹੋ ਗਏ, ਰੋਜ਼ ਰਾਤ ਨੂੰ, ਦਿਨ 'ਚ ਤਾਂ ਇੱਦਾਂ ਧੁੱਪ ਰਹਿੰਦੀ ਹੈ ਜਿਵੇਂ ਹੁਣ ਧੁੱਪ ਹੈ, ਰੋਜ਼ ਰਾਤ ਨੂੰ ਇੰਨੀ ਜ਼ਿਆਦਾ ਬਰਸਾਤ ਹੁੰਦੀ ਹੈ, ਰੋਜ਼ ਰਾਤ ਨੂੰ ਪੂਰੀ ਬਾਰਿਸ਼, ਬੜੀ ਤੇਜ਼ ਰਾਤ, ਪੂਰੀ ਤੇਜ਼ ਬਾਰਿਸ਼ ਸੀਗੀ। ਪਰਸੋਂ ਰਾਤ ਵੀ ਇੱਦਾਂ ਹੀ ਸੀਗੀ, ਰਾਤ ਵੀ ਇੱਦਾਂ ਹੀ ਸੀਗੀ ਸਾਰੀ ਰਾਤ। ਪਰ ਸਾਡੇ ਇੱਕ ਹੋਰ ਚੱਕਰ ਹੈ, ਸਾਡੇ ਜੇ ਮਾੜਾ ਜਿਹਾ ਵੀ ਮੀਂਹ ਪੈ ਗਿਆ, ਮੰਨ ਲਓ ਵੀ ਕਣੀਆਂ ਜਿਹੀਆਂ ਗਿਰਨ ਲੱਗ ਗਈਆਂ, ਬਸ ਬਿਜਲੀ ਵਾਲੇ ਜਦੇ ਲਾਈਟ ਕੱਟ ਦਿੰਦੇ ਨੇ, ਮੁੜ ਕੇ ਲਾਈਟ ਛੱਡਦੇ ਹੀ ਨਹੀਂ। ਕੱਲ੍ਹ ਵੀ ਸਾਰੀ ਰਾਤ ਲਾਈਟ ਨਹੀਂ ਆਈ, ਸਾਰਾ ਦਿਨ ਨਹੀਂ ਆਈ, ਰਾਤ ਸਾਰੀ ਰਾਤ ਲਾਈਟ ਨਹੀਂ ਆਈ, ਅੱਜ ਸਵੇਰੇ ਜਾ ਕੇ ਆਈ ਹੈ। ਅਤੇ ਪਹੁੰਚ ਗਿਆ ਜੀ ਮੈਂ ਆਪਣੇ ਦਫ਼ਤਰ 'ਚ, ਅਸੀਂ ਅੱਜ ਮੈਂ ਕਈ ਦਿਨ ਬਾਅਦ ਆਇਆ ਦਫ਼ਤਰ 'ਚ, ਅਤੇ ਬਾਕੀ ਬੰਦੇ ਸਾਡੇ ਇੱਧਰ ਉੱਧਰ ਗਏ ਹੋਏ ਨੇ ਕੰਮ 'ਤੇ, ਸੁਖਵਿੰਦਰ ਮੇਰੇ ਨਾਲ ਆਇਆ, ਅਤੇ ਮਿਲਦੇ ਹਾਂ ਹੁਣ ਆਪਾਂ ਜਾਣਾ ਫਿਰ ਸ਼ਾਇਦ ਪਟਿਆਲੇ ਵਾਲੀ ਸਾਈਡ। ਬਸ ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ। ਬੰਦਿਆਂ ਦੀ ਵੇਟ ਕਰ ਰਹੇ ਹਾਂ, ਲੁਧਿਆਣੇ ਤੋਂ ਬੰਦਿਆਂ ਨੇ ਆਉਣਾ ਸੀਗਾ, ਹਲੇ ਤੱਕ ਪਹੁੰਚੇ ਨਹੀਂ ਉਹ ਮੇਰੇ ਕੋਲ, ਹੁਣ ਹਾਰ ਕੇ ਕਹੀ ਜਾਂਦੇ ਨੇ ਮੈਂ ਫਤਿਹਗੜ੍ਹ ਸਾਹਿਬ ਪਹੁੰਚ ਗਿਆ, ਪਤਾ ਨਹੀਂ ਹੈ ਉਹ ਵੀ ਆਪਣੇ ਪ੍ਰੋਪਰਟੀ ਵਾਲੇ ਭਾਈ ਨੇ, ਪਰ ਦੇਖਦੇ ਹਾਂ ਹੁਣ ਆਉਂਦੇ ਨੇ ਕਿ ਨਹੀਂ ਆਉਂਦੇ। ਅਸੀਂ ਚੱਲਿਆ ਹੁਣ ਚਾਹ ਪੀਣ, ਚਾਏ ਸੁੱਟਾ ਬਾਹਰ 'ਚ ਜਾ ਕੇ ਚਾਹ ਪੀ ਕੇ ਆਉਂਦੇ ਨੇ। ਸੁਖਵਿੰਦਰ ਕਹਿੰਦਾ ਚਾਹ ਪੀਣੀ ਆ ਉਰੇ ਪੰਜਾਬੀ ਸੋਈ 'ਚ, ਕਹਿੰਦਾ ਚੱਲ ਬਾਈ ਪੀ ਲਾ ਚਾਹ। ਹੁਣ ਢਾਬਿਆਂ ਦੇ ਆਹ ਚੀਜ਼ਾਂ ਬਹੁਤ ਮਿਲਣ ਲੱਗ ਗਈਆਂ, ਦੇਖੋ ਆਹ ਦੇਖੋ, ਅਲੱਗ ਅਲੱਗ ਅਨਾਰਦਾਣਾ ਜਾਂ ਇਮਲੀ ਦਾਣਾ, ਆਮ ਕੈਂਡੀ, ਆਹ ਦੇਖੋ ਆਹ ਚੀਜ਼ਾਂ ਬਹੁਤ ਘੈਂਟ ਨੇ, ਅਜੇ ਗੱਡੀ 'ਚ ਰੱਖਣ ਨੂੰ ਵਧੀਆ ਚੀਜ਼ਾਂ ਨੇ। ਉਹਨੂੰ ਫੋਨ ਲੈ ਕੇ ਦੇਣਾ ਨਵਾਂ, ਉਹਦਾ ਫੋਨ ਨਾ ਖਰਾਬ ਹੋਇਆ ਹੋਇਆ, ਉਹੀ ਫੋਨ ਨੂੰ ਵਾਰ ਵਾਰ ਬਸ ਚਲਾਈ ਜਾ ਰਹੇ ਨੇ, ਉਹੀ ਦੱਬੀ ਜਾਂਦੇ ਨੇ ਫੋਨ ਨੂੰ, ਬਸ ਉਹ ਕਦੇ ਚੱਲਦਾ ਕਦੇ ਹੈਂਗ ਹੋ ਜਾਂਦਾ, ਕਿਉਂਕਿ ਉਹਦੀ ਸਕਰੀਨ ਵੀ 2-3 ਵਾਰ ਪੈ ਗਈ, ਟੁੱਟ ਗਈ, 2-3 ਵਾਰ ਫੁੱਟ ਗਈ, ਹੁਣ ਉਹ ਬਹੁਤ ਔਖਾ ਚੱਲਦਾ, ਪਰ ਉਹਨੂੰ ਹੁਣ ਦੱਸਣਾ ਨਹੀਂ ਅੱਜ, ਉਹਨੂੰ ਕਹਿਣਾ ਨਵਾਂ ਲੈ ਲਓ, ਫਿਰ ਉਹ ਇਹੀ ਸਮਰਾ ਕੇ ਦੇ ਦਿਓ ਮੈਨੂੰ ਫੋਨ, ਇਹੀ ਸਮਰਾ ਕੇ ਦੇ ਦਿਓ, ਮੈਂ ਕੋਈ ਗੱਲ ਨਹੀਂ ਸਮਰਾ ਦਿੰਦੇ ਹਾਂ, ਪਰ ਹੁਣ ਉਹ ਸਮਰਾਉਣਾ ਨਹੀਂ, ਹੁਣ ਨਵਾਂ ਲੈ ਕੇ ਦੇਵਾਂਗੇ ਫੋਨ, ਅਤੇ ਬਾ ਘਰ ਜਾ ਕੇ ਦੱਸਾਂਗੇ ਵੀ ਆਹ ਚੱਕ ਬਈ ਫੋਨ। ਅਤੇ ਆਪਾਂ ਆ ਗਏ ਹਾਂ ਬਾਜ਼ਾਰ ਦੇ ਵਿੱਚ ਹੁਣ, ਅਤੇ ਫੋਨ ਦੇਖਦੇ ਹਾਂ ਹੁਣ ਜਾ ਕੇ ਕਿਹੜਾ ਫੋਨ ਕੋਈ, ਕਿਉਂਕਿ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਲੈਣਾ ਫੋਨ, ਸਸਤਾ ਜਿਹਾ ਹੀ ਫੋਨ ਲੈਣਾ, ਜਿਹੜਾ ਫੋਨ ਜਾਣੀ ਕਿ ਘਰ ਵਾਸਤੇ ਹੁਣ ਘਰੇ ਯੂਜ਼ ਹੋਣਾ ਫੋਨ ਨੇ, ਕਿਉਂਕਿ ਹੁਣ ਸਭ ਕੁਛ ਤਾਂ ਆਪਣੇ LED 'ਤੇ ਚੱਲਦਾ, ਨੈੱਟ ਪੂਰਾ ਉਹਦੇ 'ਤੇ ਚੱਲਦਾ, ਯੂਟਿਊਬ ਚੱਲਦਾ, ਫੇਸਬੁੱਕ ਚੱਲਦੀ ਹੈ, ਸਭ ਕੁਛ TV 'ਤੇ ਚੱਲਦਾ, LED 'ਤੇ ਚੱਲਦਾ ਸਾਰਾ ਕੁਛ, ਇਹ ਫੋਨ ਤਾਂ ਸਿਰਫ ਜਾਣੀ ਕਿ
ਆਪਣਾ ਕਿਤੇ ਬੰਦਾ ਗਿਆ ਹੁੰਦਾ ਕਿਤੇ ਘਰ ਤੋਂ ਬਾਹਰ, ਬਸ ਉਹਦੇ ਵਾਸਤੇ ਹੀ ਆ ਜਾਣੀ ਕਿ ਬਾਕੀ ਤਾਂ ਪਹੁੰਚ ਗਏ ਜੀ ਆਪਾਂ ਬਾਜ਼ਾਰ 'ਚ। ਭਾਗ ਜੋ ਤੂੰ ਨਹੀਂ ਵੀ ਮੇਰੇ ਕੋਲ ਦੀ ਲੰਘੇ ਨੇ, ਉਹਨਾਂ ਨੇ ਪਤਾ ਨਹੀਂ ਮੈਨੂੰ ਦੇਖ ਲਿਆ, ਪਤਾ ਨਹੀਂ ਜਾਣ ਬੁੱਝ ਕੇ ਐਵੇਂ ਕਰਿਆ ਉਹਨਾਂ ਨੇ, ਪਰ ਪਹੁੰਚ ਗਏ ਉਹ। ਹੁਣ ਜਾ ਕੇ ਪਹਿਲਾਂ ਫੋਨ ਦੇਖਦੇ ਹਾਂ, ਆਹ ਘਟਾਉਣਾ ਫੋਨ, ਆਓ ਖੜੇ ਨੇ, ਆਓ ਖੜਾ ਆ ਗਏ ਮੇਰੇ ਕੋਲ ਦੀ ਲੰਘਾ, ਮੈਂ ਹੱਕਾ ਮਾਰਦਾ, ਦੇਖ ਤਾਂ ਲਿਆ ਤਾਂ ਮੈਨੂੰ ਪਤਾ ਇਹਨਾਂ ਨੇ ਆਇਆ ਕਰਨ ਨੂੰ ਕਿੱਥੇ ਹੁਣ ਕਿਹਦੇ ਨਾਲ ਉਹਦੀ ਆਹ ਫੋਨ ਲਿਆ ਭਾਈ ਅਸੀਂ ਵੀਵੋ ਛੱਡੀ ਵੀਵੋ 30E ਨਵਾਂ ਆਇਆ ਫੋਨ, ਯਾਨੀ ਕਿ ਵਧੀਆ ਫੋਨ ਹੈ ਤੇ ਹੁਣ ਦੇਖਦੇ ਹਾਂ। ਠੀਕ ਹੈ ਫੋਨ ਲੈ ਲਿਆ, ਹੁਣ ਘਰ ਜਾ ਕੇ ਦੇਖਦੇ ਹਾਂ। ਲਓ ਜੀ ਫੋਨ ਦੀ ਹੋ ਗਈ ਸੈਟਿੰਗ ਸਾਰੀ, ਆਹ ਫੋਨ ਹੈ ਘੈਂਟ ਫੋਨ ਹੈ ਪੂਰਾ, ਵੀਵੋ ਦਾ ਫੋਨ ਹੈ, ਵੀਵੋ 30E ਆਹ ਫੋਨ ਹੈ। ਇਹ ਹੁਣ ਦੇਖਦੇ ਹਾਂ ਕੀ ਚੱਲਦੇ ਹੁਣ ਆਪਾਂ ਘਰ ਨੂੰ। ਹੁਣ ਭਾਵਜੋਤ ਕਹਿੰਦਾ ਮੈਂ ਲੈ ਕੇ ਜਾਂਦਾ ਨਾ, ਮੈਂ ਚੱਲ ਲੈ ਜਾ ਤੂੰ, ਤੇ ਜਾ ਕੇ ਦੇਖਦੇ ਕੀ ਕਹਿੰਦੀ ਇਹ। ਲਓ ਜੀ ਹੁਣ ਆਪਾਂ ਚੱਲਦੇ ਹਾਂ ਘਰੇ, ਫੋਨ ਤਾਂ ਲੈ ਲਿਆ ਤੇ ਹੁਣ ਜਾ ਕੇ ਦੇਖਦੇ ਹਾਂ ਰਿਐਕਸ਼ਨ, ਦੇਖਦੇ ਹਾਂ ਆਪਾਂ ਘਰ ਜਾ ਕੇ। ਪਰ ਉਹਨੇ ਕਹਿਣਾ ਇੰਨਾ ਨਹੀਂ ਸਸਤਾ ਜਿਹਾ ਲੈ ਕੇ ਦੇਣਾ ਸੀ ਮੈਨੂੰ, ਉਹਨੂੰ ਕੋਈ ਇੰਨਾ ਸ਼ੌਂਕ ਨਹੀਂ ਹੈਗਾ ਜਾਣੀ ਕਿ ਇੰਨਾ ਕੋਈ ਮਹਿੰਗੇ ਮੂੰਹੇ ਫੋਨ ਦਾ। ਇਹ ਚਲੋ ਦੇਖਦੇ ਹਾਂ ਹੁਣ ਜਾ ਕੇ, ਉੱਲੂ ਡੱਬਾ ਯਾਰ ਹਲਦਾ ਉਹਨੂੰ ਕਿਹਾ ਸੀ ਤੇਰਾ ਪੁਰਾਣਾ ਫੋਨ ਕਮਰਾ ਕੇ ਤੈਨੂੰ ਦੇ ਦੇਣਾ ਬਸ। ਓਕੇ ਜੀ ਜਿਹੜਾ ਪੁਰਾਣਾ ਫੋਨ ਸੀਗਾ ਉਹ ਜਮਾਂ ਹੀ ਟੁੱਟ ਗਿਆ ਸੀਗਾ, ਫੁੱਟ ਗਿਆ ਸੀਗਾ, ਉਹਦੀ ਸਕਰੀਨ ਝੜ ਗਈ, ਜਮਾਂ ਹੀ ਬਲੈਕ ਹੋ ਗਈ। ਚਲਾਉਂਦੇ ਸੀਗੇ ਕੁਛ ਹੋਰ, ਯੂਟਿਊਬ ਨਿਕਲ ਆਉਂਦਾ ਸੀਗਾ ਮੈਸੇਜ, ਜਾਣੀ ਕਿ ਦੱਬਦੇ ਕੁਛ ਹੋਰ ਸੀਗੇ, ਚੱਲਦਾ ਕੁਛ ਹੋਰ ਸੀਗਾ, ਉਹ ਐਵੇਂ ਕਰੀ ਜਾਂਦਾ ਸੀਗਾ ਫੋਨ, ਜਮਾਂ ਹੀ ਖਰਾਬ ਖਤਮ ਹੋ ਗਿਆ ਸੀਗਾ ਫੋਨ ਉਹ। ਫਿਰ ਅੱਜ ਫੋਨ ਚਲੋ ਤਾਂ ਪਹੁੰਚ ਗਿਆ ਆਪਾਂ ਘਰੇ, ਫੜਾਉਂਦੇ ਹਾਂ ਤੇਰੇ ਵਾਸਤੇ ਫੋਨ ਨਵਾਂ ਹੀ, ਤੇਰਾ ਪੁਰਾਣਾ ਦੇ ਆਂਦਾ ਉਹ ਤਾਂ ਖਤਮ ਹੋ ਗਿਆ, ਉਹ ਨੀ ਚੱਲਿਆ, ਮੈਂ ਕਿਹਾ ਨਵਾਂ ਹੀ ਲੈ ਲੈ, ਤੂੰ ਕਹਿੰਦੀ ਉਹੀ ਸਮਰਾ ਦੇ, ਮੈਂ ਕਿਹਾ ਦੇਖ ਚਲਾ ਕੇ ਕੱਢ ਕੇ ਦੇਖ ਲੈ, ਕੱਢ ਲੈ ਥੈਂਕ ਯੂ, ਇਹਨੂੰ ਕੱਢ ਲੈ ਕੱਢ ਲੈ, ਮੈਂ ਭਾਈ ਗੁਰਜਾ ਦੀ ਕਹਿੰਦੇ ਥੈਂਕ ਯੂ ਨਾ, ਆ ਲੈ ਦੇਖ ਚਲਾ ਕੇ ਲੈ ਬਈ, ਚਲਾ ਲਾ ਹੁਣ ਚਲਾ ਲੈ। ਕਲੀਟੀ ਇਹਦੀ ਬੜੀ ਘੈਂਟ ਹੈ, ਦਿਖਾ ਤਾ ਕੈਮਰਾ ਦਿਖਾਈ ਚਲਾ ਕੇ, ਇਹ ਬਾਈ ਵੀਵੋ ਦਾ 30E ਉਹ ਹੈ ਪ੍ਰੋ ਹੈ, ਕੱਲ ਆਇਆ ਇਹ ਵੀਵੋ ਦਾ ਪ੍ਰੋ ਹੈ, ਬਹੁਤ ਵਧੀਆ ਉਹ ਹੈ, ਕੱਲ ਆਇਆ ਨਵਾਂ ਮਾਡਲ ਆਇਆ। ਬਾਬੂ ਦਿਖਾਈ ਕੈਮਰਾ ਇਹਦਾ, ਕੈਮਰਾ ਦਿਖਾ, ਤੈਨੂੰ ਪਸੰਦ ਆ ਬਈ ਰਮਨ ਘੈਂਟ ਹੈ, ਮੈਂ ਕਿਹਾ ਕਿਹਾ ਹੁਣ ਛੱਡ ਪੁਰਾਣੇ ਦਾ ਖਿਹੜਾ, ਟੁੱਟਿਆ ਪਿਆ ਤਾ ਉਹ, ਫੁੱਟਿਆ ਪਿਆ ਤਾ,
ਹੁਣ ਮੈਂ ਕਿਹਾ ਤੂੰ ਆ ਨਵਾਂ ਹੀ ਲੈ ਲਿਆ, ਮੈਂ ਤਾਂ ਕਰਕੇ ਲਿਆ ਨਵਾਂ। ਚੱਲ ਹੁਣ ਤੂੰ ਆਪਣਾ ਸਾਂਭ ਲੈ। ਪਰ ਜੇ ਕੋਈ ਐਪਲ ਚਲਾਉਂਦਾ ਹੋਵੇ ਉਹ ਐਂਡਰੋਇਡ ਉਹਦੇ ਲਈ ਨਹੀਂ ਹੈਗਾ। ਜਿਵੇਂ ਤੂੰ ਐਪਲ ਚਲਾਉਂਦਾ ਪਰ ਜੋ ਤੱਕ ਇਹ ਆਈਫੋਨ ਹੀ ਲੈ ਲਾ ਮੰਮਾ ਵਾਸਤੇ। ਮੈਂ ਕਿਹਾ ਉਹਨੇ ਆਈਫੋਨ ਨਹੀਂ ਪਰ ਲੈਣਾ, ਕਹਿੰਦਾ ਚੱਲਦਾ ਲੈ ਲਾ। ਮੈਂ ਚੱਲਦਾ ਇਹਨੂੰ ਕਿਆ ਲੈਣਾ, ਤੂੰ ਨਵਾਂ ਹੀ ਲੈ ਲਾ, ਤਾਂ ਕਰਕੇ ਆ ਨਵਾਂ ਹੀ ਲੈ ਲਿਆ। ਚਲੋ ਠੀਕ ਹੈ ਜੀ, ਅੱਜ ਦਾ ਵਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ, ਸ਼ੇਅਰ ਕਰਿਓ, ਲਾਈਕ ਕਰਨਾ ਨਾ ਭੁੱਲਿਓ। ਓਕੇ ਜੀ, ਸਤਿ ਸ਼੍ਰੀ ਅਕਾਲ, ਬਾਏ ਬਾਏ।